ਹੁਣ ਪੁਲਿਸ ਵਾਲਿਆਂ ਦੇ ਘਰ ਵੀ ਸੇਫ ਨਜ਼ਰ ਨਹੀਂ ਆ ਰਹੇ। ਜੇਕਰ ਗੱਲ ਕੀਤੀ ਜਾਵੇ ਤਾਂ ਚੋਰਾਂ ਦੇ ਨਿਸ਼ਾਨਿਆਂ ਤੇ ਹੁਣ ਪੁਲਿਸ ਵਾਲਿਆਂ ਦੇ ਵੀ ਘਰ ਹੈ। ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਸਕੂਟੀ ਚੋਰੀ ਹੋ ਗਈ ਹੈ, ਉਹ ਵੀ ਘਰ ਦੇ ਬਾਹਰੋਂ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਦੋ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜਿੱਥੇ ਚੋਰਾਂ ਨੂੰ ਪੁਲਿਸ ਦਾ ਡਰ ਹੁੰਦਾ, ਖੌਫ ਹੁੰਦਾ, ਪਰ ਉੱਥੇ ਹੀ ਹੁਣ ਇਹ ਖਤਮ ਹੁੰਦਾ ਵੀ ਨਜ਼ਰ ਆ ਰਿਹਾ। ਦਰਅਸਲ ਮਾਮਲਾ ਚੰਡੀਗੜ੍ਹ ਦੇ 46 ਸੈਕਟਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਸਕੂਟੀ ਜੋ ਹੈ ਉਹ ਚੋਰੀ ਹੋਈ ਹੈ। ਹਾਲਾਂਕਿ ਚੋਰੀ ਦੀ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ 3 ਘੰਟੇ ਪਹਿਲਾਂ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਨਹੀਂ ਪਹੁੰਚੀ। ਹਾਲਾਂਕਿ ਜਦੋਂ CCTV ਚੈੱਕ ਕੀਤੇ ਗਏ ਤਾਂ ਉਸਦੇ ਵਿੱਚ ਘਟਨਾ ਦਾ ਖੁਲਾਸਾ ਹੁੰਦਾ ਕਿ ਆਖਰ ਸਕੂਟੀ ਗਈ ਕਿੱਥੇ ਹੈ। ਤਾਂ ਦੱਸ ਦਈਏ ਕਿ CCTV ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਚੋਰ ਇਸ ਸਕੂਟੀ ਦੇ ਕੋਲ ਖੜ੍ਹੇ ਨੇ। ਹਾਲਾਂਕਿ ਪਹਿਲਾਂ ਇਹਨਾਂ ਦੇ ਵੱਲੋਂ ਰੇਕੀ ਕੀਤੀ ਗਈ, ਰੇਕੀ ਕਰਨ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਸੈਕਟਰ 46 ਚੰਡੀਗੜ੍ਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਲੜਕੀ ਜਿਸਦਾ ਕਿ 25 ਤਰੀਕ ਨੂੰ ਵਿਆਹ ਹੋਣਾ, ਉਹ ਆਪਣੀ ਮਾਸੀ ਦੇ ਕੋਲ ਗਈ ਸੀ ਤਾਂ ਸਕੂਟੀ ਉਸਨੇ ਬਾਹਰ ਖੜ੍ਹੀ ਕੀਤੀ ਸੀ। ਪਰ ਦੱਸ ਦਈਏ ਕਿ ਚੋਰ ਲਗਾਤਾਰ ਫਿਰਾਕ ਦੇ ਵਿੱਚ ਸੀ ਕਿ ਆਖਿਰ ਕਦੋਂ ਇਸ ਨੂੰ ਉਹ ਗਾਇਬ ਕਰ ਦਿੱਤਾ। ਹਾਲਾਂਕਿ ਚੋਰ ਜਦੋਂ ਆਉਂਦੇ ਨੇ ਤਾਂ ਆਉਂਦੇ ਸਾਰ ਸਕੂਟੀ ਦੇ ਸਾਹਮਣੇ ਰੇਲਿੰਗ ਹੈ ਉਸਦੇ ਉੱਤੇ ਬੈਠ ਜਾਂਦੇ ਨੇ, ਪਹਿਲਾਂ ਆਲਾ ਦੁਆਲਾ ਦੇਖਦੇ ਨੇ, ਜਦ ਕੋਈ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਮੌਕੇ ਦਾ ਫਾਇਦਾ ਚੱਕਦੇ ਹੋਏ ਉਹ ਸਕੂਟੀ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ 3 ਘੰਟੇ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਪੁਲਿਸ ਹੀ ਨਹੀਂ ਪਹੁੰਚੀ। ਤਾਂ ਦੱਸ ਦਈਏ ਕਿ ਇੱਕ ਪੁਲਿਸ ਵਾਲੇ ਦੀ ਹੁਣ ਸਕੂਟੀ ਚੋਰੀ ਕੀਤੀ ਹੈ ਇਹਨਾਂ ਚੋਰਾਂ ਦੇ ਵੱਲੋਂ। ਚੰਡੀਗੜ੍ਹ ਦੇ ਸੈਕਟਰ 46 ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਹੁਣ ਪੁਲਿਸ ਵਾਲਿਆਂ ਦੇ ਘਰ ਵੀ ਸੇਫ ਨਜ਼ਰ ਨਹੀਂ ਆ ਰਹੇ। ਜੇਕਰ ਗੱਲ ਕੀਤੀ ਜਾਵੇ ਤਾਂ ਚੋਰਾਂ ਦੇ ਨਿਸ਼ਾਨਿਆਂ ਤੇ ਹੁਣ ਪੁਲਿਸ ਵਾਲਿਆਂ ਦੇ ਵੀ ਘਰ ਹੈ। ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਸਕੂਟੀ ਚੋਰੀ ਹੋ ਗਈ ਹੈ, ਉਹ ਵੀ ਘਰ ਦੇ ਬਾਹਰੋਂ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਦੋ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜਿੱਥੇ ਚੋਰਾਂ ਨੂੰ ਪੁਲਿਸ ਦਾ ਡਰ ਹੁੰਦਾ, ਖੌਫ ਹੁੰਦਾ, ਪਰ ਉੱਥੇ ਹੀ ਹੁਣ ਇਹ ਖਤਮ ਹੁੰਦਾ ਵੀ ਨਜ਼ਰ ਆ ਰਿਹਾ। ਦਰਅਸਲ ਮਾਮਲਾ ਚੰਡੀਗੜ੍ਹ ਦੇ 46 ਸੈਕਟਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਸਕੂਟੀ ਜੋ ਹੈ ਉਹ ਚੋਰੀ ਹੋਈ ਹੈ। ਹਾਲਾਂਕਿ ਚੋਰੀ ਦੀ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ 3 ਘੰਟੇ ਪਹਿਲਾਂ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਨਹੀਂ ਪਹੁੰਚੀ। ਹਾਲਾਂਕਿ ਜਦੋਂ CCTV ਚੈੱਕ ਕੀਤੇ ਗਏ ਤਾਂ ਉਸਦੇ ਵਿੱਚ ਘਟਨਾ ਦਾ ਖੁਲਾਸਾ ਹੁੰਦਾ ਕਿ ਆਖਰ ਸਕੂਟੀ ਗਈ ਕਿੱਥੇ ਹੈ। ਤਾਂ ਦੱਸ ਦਈਏ ਕਿ CCTV ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਚੋਰ ਇਸ ਸਕੂਟੀ ਦੇ ਕੋਲ ਖੜ੍ਹੇ ਨੇ। ਹਾਲਾਂਕਿ ਪਹਿਲਾਂ ਇਹਨਾਂ ਦੇ ਵੱਲੋਂ ਰੇਕੀ ਕੀਤੀ ਗਈ, ਰੇਕੀ ਕਰਨ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਸੈਕਟਰ 46 ਚੰਡੀਗੜ੍ਹ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਪੁਲਿਸ ਵਾਲੇ ਦੀ ਲੜਕੀ ਜਿਸਦਾ ਕਿ 25 ਤਰੀਕ ਨੂੰ ਵਿਆਹ ਹੋਣਾ, ਉਹ ਆਪਣੀ ਮਾਸੀ ਦੇ ਕੋਲ ਗਈ ਸੀ ਤਾਂ ਸਕੂਟੀ ਉਸਨੇ ਬਾਹਰ ਖੜ੍ਹੀ ਕੀਤੀ ਸੀ। ਪਰ ਦੱਸ ਦਈਏ ਕਿ ਚੋਰ ਲਗਾਤਾਰ ਫਿਰਾਕ ਦੇ ਵਿੱਚ ਸੀ ਕਿ ਆਖਿਰ ਕਦੋਂ ਇਸ ਨੂੰ ਉਹ ਗਾਇਬ ਕਰ ਦਿੱਤਾ। ਹਾਲਾਂਕਿ ਚੋਰ ਜਦੋਂ ਆਉਂਦੇ ਨੇ ਤਾਂ ਆਉਂਦੇ ਸਾਰ ਸਕੂਟੀ ਦੇ ਸਾਹਮਣੇ ਰੇਲਿੰਗ ਹੈ ਉਸਦੇ ਉੱਤੇ ਬੈਠ ਜਾਂਦੇ ਨੇ, ਪਹਿਲਾਂ ਆਲਾ ਦੁਆਲਾ ਦੇਖਦੇ ਨੇ, ਜਦ ਕੋਈ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਮੌਕੇ ਦਾ ਫਾਇਦਾ ਚੱਕਦੇ ਹੋਏ ਉਹ ਸਕੂਟੀ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ 3 ਘੰਟੇ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਪੁਲਿਸ ਹੀ ਨਹੀਂ ਪਹੁੰਚੀ। ਤਾਂ ਦੱਸ ਦਈਏ ਕਿ ਇੱਕ ਪੁਲਿਸ ਵਾਲੇ ਦੀ ਹੁਣ ਸਕੂਟੀ ਚੋਰੀ ਕੀਤੀ ਹੈ ਇਹਨਾਂ ਚੋਰਾਂ ਦੇ ਵੱਲੋਂ। ਚੰਡੀਗੜ੍ਹ ਦੇ ਸੈਕਟਰ 46 ਦੀ ਇਹ ਘਟਨਾ ਦੱਸੀ ਜਾ ਰਹੀ ਹੈ।